हाँ जी मित्रों की हाल चाल है, उम्मीद है तुम सारे ठीक ठाक होवोगे। लो भाई जी, एक अज दी कोल पहुंचे आपां जिदे कोल बकरियां काफ़ी रखिया हुई ने, ते भाई ने आपां करांगे गलबात। एंड तक जरूर बने रहो, वीडियो चंगी लगी तो लाइक शेयर जरूर कर दिओ। तो भाई ने करदा गलबात, तो भाई चक्की फिरदा भांगी इधर, तो नाले दा मुंडा गा, तो पिंड दा मौजो हैगा, बाकी दा ना पुछदे की नाम है भाई दा। ते होर भाई ठीक ठाक हो? ठीक है भाई जी, होर के नाम? होर ठीक हो? वधिया ठीक ठाक, तुसीं सुनाओ? ठीक ठाक। और किहड़ा पिंड भाई अपना? मौजो जी। लो जी मौजो पिंड, ते नाम की अपना? माली खान। लो माली खान नाम भाई। ते ये बकरियां भाई सुनू रखदे नु किन्ना टाइम हो गया? हो गया मैंने 20-25 साल रख रहे। अच्छा 20-25 साल हो गए। हां सही। ते की मजबूरी करके तुसीं बकरियां रखीए, ये की सानू मुनाफा मिलदा इहदे विचों? पहला ही दे विच आपां नू दस्सिओ। पहला ही भांडे दा काम करदे हुंदे, मिट्टी दे भांडे दा। अच्छा। मिट्टी दे भांडे दा काम खत्म हो गया। अच्छा। उदू बाद मैं बकरियां लै, एक बकरी लिया जी मैं बड़ी कुत्ते आल तों। ਅਸਾ ਇੱਕ ਬੱਕਰੀ ਲੈ ਦੀ ਹੈ, ਉਦੋਂ ਬਾਅਦ ਵਿੱਚ ਹੀ ਲੈ ਲੈਂਦਾ ਸੀ, ਵਿੱਚ ਹੀ ਵੇਚ ਦਿੰਦਾ ਸੀ। ਅੱਛਾ ਇੱਕ ਬੱਕਰੀ ਪਹਿਲਾਂ ਮੈਂ ਕੱਲਾ ਦੇ ਨੇ? ਹਾਂ ਪਹਿਲਾਂ ਮੈਂ ਕੱਲਾ ਚਾਰਦਾ ਹੁੰਦਾ। ਅੱਛਾ ਹੁਣ ਮੇਰਾ ਮੁੰਡਾ ਸਾਡੇ ਕੋਲ 30-35 ਨਾਗ ਨੇ। ਮੁੰਡਾ ਨਾਲ ਹੀ ਹੁੰਦਾ? ਹਾਂ ਨਾਲ ਹੀ ਹੁੰਦਾ, ਦੋ ਹੀ ਨਾ ਪੜਨ ਨੂੰ ਹਟ ਗਿਆ। ਅੱਛਾ ਪੜਨ ਨੂੰ ਹਟ ਗਿਆ, ਕੀ ਕਹਿੰਦਾ ਬੱਕਰੀ ਵੀ? ਹਾਂ ਬੱਕਰੀਆਂ ਮੈਂ ਕੱਲੇ ਤੋਂ ਲੋਟਣੀਆਂ, ਦੋ ਜਾਂ ਇਹ। ਠੀਕ ਆ, ਬੱਕਰੀ ਦਾ ਕੰਮ ਵਧੀਆ ਲੱਗਿਆ? ਵਧੀਆ ਵਧੀਆ। ਹਾਂ ਤੇ ਕਿੰਨੀਆਂ ਬੱਕਰੀਆਂ ਕੋਲ ਟੋਟਲ ਤੁਹਾਡੇ ਕੋਲ ਹੋਣੇ? ਸਾਡੇ ਕੋਲ ਹੈਗੇ 30-31 ਪਸ਼ੂ। मेहनत करे बंदा चारे छौकना, ਐ ਤਾਂ ਹੈ ਨੀ ਵੀ ਹੁਣ ਉੱਥੇ ਬੰਨ ਕੇ ਰੂੜੀਆਂ ਜਿਹੜਾ ਆ ਕੇ ਖੜਾ ਰਹੇ। ਹਾਂ ਇਹ ਗੱਲ ਸਹੀ ਹੈ। ਹਾਂ ਵੱਡੇ ਰੋਡ ਤੇ ਜਮਾ ਫਿਰਦੇ ਆ ਮੈਂ ਇੱਥੇ ਖਾਦਰੇ ਦੇ ਘਰ 'ਚ। ਉੱਥੋਂ ਦੀ ਆਇਆ ਸੀ ਇੱਥੇ, ਮੈਂ ਚੱਲੇ ਦੀ ਵੀਡੀਓ ਬਣਾਉਣੇ ਆ, ਤੇ ਇਹ ਇੱਥੇ ਸੜਕ ਦੇ ਉੱਪਰ ਲਈ ਫਿਰਦੇ ਨੇ ਇਧਰ ਤੇ ਇੱਥੇ। ਆਹ ਮਤਲਬ ਕਿ ਡੇਕਾ ਡੁਕਾ ਜ਼ਿਆਦਾ ਖਾਂਦੀਆਂ ਨਾ? ਹਾਂ ਜੀ ਹਾਂ, ਡੇਕਾ ਵੀ ਜ਼ਿਆਦਾ ਖਾਂਦੀਆਂ ਨੇ ਇਹ। ਤੇ ਹੋਰ ਕੀ ਕੀ ਬਈ ਇਹਨਾਂ ਖੁਰਾਕ ਆ? ਬਸ ਨੀਰਾ ਨੂੰ ਆਪਾਂ ਨੇ ਖਿਆਲ 'ਚ ਹੁਣ ਡੰਗਾ ਲਹੀ ਜਾਂਦਾ। ਅੱਛਾ ਹੁਣ ਨੀਰਾ ਨਾਰਾ ਮੰਗਾ ਲਓ? ਮੰਗਾ ਲਾਂਗੇ ਹੁਣ। ਅੱਛਾ ਠੀਕ ਆ ਬਈ। ਤੇ ਬਾਈ ਨੇ ਇੱਕ ਬੱਕਰੀ ਦਾ ਕੰਮ ਸ਼ੁਰੂ ਕਰਿਆ ਸੀ? ਹਾਂ ਕਾਲੀ ਦਿਖਾ ਦੋ, ਬੱਕਰੀਆਂ ਦਿਖਾ ਦੋ ਮੜੇ ਛੋਟੇ ਬਾਈ। ਬੱਕਰੇ ਵੇਚਦੇ ਹੋ ਬਾਈ ਤੁਸੀਂ? ਨਾ ਵੇਚਦੇ ਨਹੀਂ ਹੈਗੇ, ਪੂਰੀਆਂ ਹੂਰੀਆਂ ਸਾਡੇ ਕੋਲ। ਕਿਉਂ ਵੇਚਦੇ ਕਾ? ਹਾਂ ਵੇਚ ਕੇ ਫਿਰ ਅਸੀਂ ਕੀ ਕਰਾਂਗੇ? ਲੈ ਬਾਈ ਕਹਿੰਦਾ ਬੱਕਰੀਆਂ ਵੇਚਦੇ ਨਹੀਂ ਹੈਗੇ। ਬੱਕਰੀਆਂ ਮਾਸ਼ਾਅੱਲਾ ਉਹਨਾਂ ਕੋਲ ਵਧੀਆ ਨੇ, ਟੌਪ ਵਾਲੀ ਦੇ ਬੱਕਰੀਆਂ ਨੇ। ਪਹਿਲਾਂ ਤੁਹਾਡੇ ਕੋਲ ਬੱਕਰੀਆਂ ਦੇਸੀ ਜਾਂਦੀਆਂ ਨਾ ਬੱਕਰੀਆਂ ਨਾ? ਉਹ ਵੇਚ ਛਾਵੇ ਚੰਗੀ ਬਰੀਡ ਤੇ ਕੰਮ ਕਰ ਲੱਗ ਗਏ। ਹਾਂ ਵੇਚ ਤੋਂ ਬੱਕਰੀਆਂ ਉਹਨਾਂ ਕੋਲ ਵਧੀਆ ਨੇ ਮਾਸ਼ਾਅੱਲਾ, ਟੌਪ ਵਾਲੀ ਦੇ ਬੱਕਰੀਆਂ ਨੇ। ਦੇਖੋ ਚੈੱਕ ਕਰੋ ਕਿਹੋ ਵੀ ਸੋਹਣਾ ਨਹੀਂ ਇਹ? ਹਾਂ ਇਹ ਸੋਹਣਾ ਜੀ। ਕਿੰਨਾ ਟਾਈਮ ਲੱਗੂਗੀ ਇਹ? ਇਹਦੇ ਲੱਗੂਗੀ 3-4 ਮਹੀਨੇ ਹੈ। ਅੱਛਾ ਹਲੋ, ਆ ਵੀ ਬੱਕਰੀ ਵੀ ਸੂਈ ਹੋਇਆ? ਹਾਂ ਇਹ ਸੂਈ, ਇਹਦੇ ਨਾਲ ਇੱਕ ਬੱਚਾ ਕਿਹੜਾ ਘਰੇ ਆ? ਘਰੇ ਆ? ਆ ਬੱਕਰਾ, ਆ ਬੱਕਰਾ ਵੀ ਇਹ ਤੋਂ ਬਰੀਡ ਤਿਆਰ ਕਰਦੇ ਤੁਸੀਂ? ਹੈ ਹਾਂ ਛੱਡੇ ਨਹੀਂ, ਹੈ ਛੱਡਿਆ ਨਹੀਂ ਹੋਏ। ਕੈਰੋਲ ਕਰ ਗਏ? ਚਾਰ ਬੰਦ ਕਰ ਗਏ ਨਾ? ਦੋ ਛੱਡਾਂ ਹੈ ਹੜੀ ਵੇਲੇ, ਹੜ ਇੱਕ ਹੋਰ ਆ, ਇੱਕ ਬੱਕਰਾ ਹੋਰ ਹੈ। ਇੱਕ ਤੁਹਾਡੇ ਕੋਲ ਲਾਲ ਜਿਹਾ ਹੁੰਦਾ ਜਿਹੜਾ? ਉਹ ਲਾਲ ਜਿਹਾ ਦਾ ਵੇਚਦਾ, ਉਹ ਤਾਂ ਹੈ ਹੋਰ ਨਹੀਂ ਹੈਗਾ। ਇਹ ਤਾਂ ਵੀ ਇਹਨਾਂ ਕੋਲ ਬਰੀਡ ਕਰਾਂਗਾ, ਠੀਕ ਆ? ਇਹਨਾਂ ਤੋਂ ਬਰੀਡ ਤਿਆਰ ਕਰਦੇ ਆ ਇਹ, ਤੇ ਬੱਚੇ ਇਹਨਾਂ ਕੋਲੇ ਹੁੰਦੇ ਆ, ਤੇ ਵੇਚ ਵੀ ਦੇਣਾ ਬੱਚੇ ਬਾਈ ਤੁਸੀਂ ਫਿਰ? ਹਾਂ ਜੀ ਬੱਚੇ ਵੇਚ ਦੇਣੇ, ਬੱਚੇ ਵੇਚ। ਬੱਚਾ ਕੋਈ ਵੀ ਨਹੀਂ ਸਾਡੇ ਕੋਲ, ਦੋ ਬੱਚੇ ਨੇ ਘਰੇ, ਬੱਚੇ ਤਾਂ ਛੋਟੇ ਛੋਟੇ ਵੇਚ ਦੇਣੇ। ਬੱਕਰੀ ਦੀ ਹਾਈਟ ਦੇਖੋ ਬਾਈ, ਕਿੰਨੀ ਕੁ ਹਾਈਟ ਹੋ ਬਾਈ? ਹੂੰ 40 ਇੰਚ? ਹਾਂ ਹਾਂ, 30 ਇੰਚ ਹਾਈਟ ਹੈ ਨਾ? 30 ਇੰਚ 37 ਇੰਚ ਹਾਈਟ ਹੈਗੀ ਇਹਦੀ ਬੱਕਰੀ ਦੀ। ਵਧੀਆ ਬਰੀਡ ਤੇ ਕੰਮ ਕਰਦੇ ਆ ਬਾਈ ਇਹ। 30-31 ਬੱਕਰੀਆਂ ਕਰ ਲਈਆਂ ਇਹਨਾਂ ਨੇ, ਜੁੜ ਬਣਾ ਲਿਆ ਦੇਖੋ। ਇਹ ਨਾਲ ਮੁੰਡਾ ਦਾ, ਮੁੰਡੇ ਦੇ ਵੀ ਇੰਟਰਵਿਊ ਇਹਨਾਂ ਕਰਦੇ ਗੱਲਬਾਤ। ਹੋਰ ਆ ਜੀ ਬੜਿਆ, ਹੋਰ ਕਿਵੇਂ? ਠੀਕ ਆ ਬਾਈ, ਹੋਰ ਬੱਕਰੀ ਦਾ ਕੱਢ ਜਾਂਗੇ ਫੜੀ ਮਾੜਾ ਜਿਹਾ ਥੋੜਾ ਫੜਾ। ਲਓ ਤੁਹਾਨੂੰ ਆਹ ਇੱਕ ਹੋਰ ਬੱਕਰੀ ਦਿਖਾਉਣੇ ਆ। ਆਹ ਗੱਡੀ ਬੱਕਰੀ ਆ, ਆ ਉਰਲੀ ਆ ਪੱਖਾ ਨਾ ਗੱਬੜਾ ਵੀ ਆ ਨਾ ਗੱਬੜਾ ਨਾ ਖਾਲੀ ਕਰਾਈ ਨਹੀਂ ਹੋਏ, ਕਰਾਵਾਂਗੇ ਹੁਣ। ਕਾ ਪੱਠਾ ਵੀ ਮਾਸ਼ਾਅੱਲਾ ਬਹੁਤ ਵਧੀਆ ਪੱਠਾ ਜੀ, ਟੌਪ ਕੁਆਲਿਟੀ ਦੇ ਕੰਮ ਕਰਦੇ ਨੇ ਹੁਣ ਇਹ। ਤੇ ਇੱਕ ਵੀ ਤੁਹਾਨੂੰ ਆਹ ਕੀ ਬਿਮਾਰੀ ਹੋ ਰਹੀ ਹੈ ਜੀ? ਇਹ ਬਣਾਈ ਬਣਵਾਈ ਦਾ ਫਲੈਰੀਆਂ ਨੇ, ਫਲੈਰੀਆ ਹੋ ਗਿਆ ਕੀ ਹੋ ਗਿਆ? ਇਹ ਗੋਲੀ ਗਲੇਸ਼ਨ ਕਰ ਗਈ ਜੀ। ਕਿੰਨਾ ਟਾਈਮ ਹੋ ਗਿਆ ਇਹਨੂੰ? ਇਹ ਛੋਟੇ ਜਿਹੇ ਹੁੰਦੇ ਜੀ। ਅੱਛਾ ਜੀ, ਤੇ ਕੰਮ ਹੋਰ ਕਰ ਨਹੀਂ ਸਕਦੇ? ਹੋਰ ਤਾਂ ਦਿਹਾੜੀ ਦਿਹੁੜੀ ਤੋਂ ਪਤਾ ਪਜ ਹੁੰਦੀ ਨਹੀਂ, ਕਈ ਸ਼ਾਮੇ ਹੋ ਗਏ ਧੁੱਪੇ ਹੋ ਗਏ, ਹੋਰ ਬੱਕਰੀਆਂ ਦਾ ਕੰਮ ਤੁਸੀਂ ਚਲਾ ਰੱਖਿਆ ਟਾਈਮ ਪਾਸ ਹੋਈ ਜਾਂਦਾ ਆਪਾਂ? ਚਲੋ ਵਧੀਆ। ਤੇ ਵਧੀਆ ਦੇਖੋ, ਲੋਹੇ ਰੰਗ ਦੇ ਕਲਰ ਦੇ ਵਿੱਚ ਆ ਇਹ ਵੀ ਬੱਕਰੀ ਨਾਲ ਕੋਲੇ, ਵਧੀਆ ਟੌਪ ਕੁਆਲਿਟੀ ਦੇ ਗੱਬਣਾ ਵੀ ਹੈ ਜੀ। ਹਾਂ ਇਹ ਗੱਬਣਾ ਦੋ ਢਾਈ ਤਿੰਨ ਕੁ ਮਹੀਨੇ, ਬਾਕੀ ਇਹਨਾਂ ਦੇ ਮੁੰਡੇ ਨਾਲ ਕਰਦੇ ਗੱਲਬਾਤ ਵੀ ਕਿਉਂ ਉਹ ਪੜ੍ਹਾਈ ਕਰ। ਲਓ ਬਈ ਆਹ ਪੱਟ ਕੱਢ ਲਈ ਬਾਈ ਨੇ ਇਧਰੋਂ, ਇਹ ਵੀ ਗੱਬਣਾ ਬਈ? ਨਾ ਇਹ ਵੀ ਨਹੀਂ ਕ੍ਰੋਸ ਕਰਾਈ, ਕ੍ਰੋਸ ਕਰਾਈ ਨਹੀਂ ਹੋਏ, ਕ੍ਰੋਸ ਕੋਈ ਨਹੀਂ ਕਰੇ ਬਈ। ਬੱਕਰੀ ਇੱਕ ਇਹ ਦੱਸੋ ਤੁਸੀਂ, ਜਿਹੜੇ ਬੰਦੇ ਅਣਜਾਣ ਹੁੰਦੇ ਨੇ ਹਨਾ, ਉਹ ਬੱਕਰੀਆਂ ਨੂੰ ਪਹਿਲੀ ਕ੍ਰੋਸ ਕਰਾ ਕੇ ਬਹਿ ਜਾਂਦੇ ਨੇ ਉਹ, ਮਤਲਬ ਕਿ ਉਹ ਛੋਟੇ ਕੱਦ ਦੇ ਵਿੱਚ ਉਹ ਕਰਵਾ ਲੈਂਦੇ ਨੇ, ਤੇ ਉਸ ਤੋਂ ਬਾਅਦ ਉਹ ਕੱਦ ਨਹੀਂ ਕਰਦੀ ਹੈਗੀ, ਠੀਕ ਆ।
हरे क्रॉस कराई प्रबंध कर नंबर कयासी चार छियाठ कानवे अठ अठारह बकरिया झूलिया लाइया हुई किस तरह लाने रखना गा एक बोरी लाई हुई है ਉਹਦਾ ਕਰਕੇ ਫਿਰ ਉਹ ਕੱਦ ਉੱਥੇ ਰੁਕ ਜਾਂਦੇ ਉਹਨਾਂ ਦੇ ਹਨਾ ਹਾਂ ਫਿਰ ਵੀ ਨਹੀਂ ਵਧੀਆ ਬਣਨੀ ਲਓ ਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਹ ਮੁੰਡਾ ਸੰਗਵਾ ਲੈ ਰਿਹਾ ਹੈ